ਗੁਰੂ ਸਾਹਿਬ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਨੂੰ ਨੀਚ ਕਹਿੰਦੇ ਤੇ ਇਹਨਾਂ ਨੂੰ ਨੀਚਾਂ ਕਹਿੰਦੇ ਆ, ਇਹ ਨੀਚ ਨੇ। ਉਹ ਕਿੱਦਾਂ ਨੀਚ ਨੇ? ਉਹ ਕਹਿੰਦਾ ਜਿਹੜਾ ਕੁਦਰਤ ਦਾ ਸਿਸਟਮ ਹੈ, ਜਦ ਬੰਦਾ ਜੰਮਦਾ ਆ ਉਹਦੇ ਨਾਲ ਜਿਹੜੇ ਉਹਦੇ ਅਧਿਕਾਰ ਹੁੰਦੇ ਆ ਜਿਹੜਾ ਉਹਨਾਂ ਨਾਲ ਟੁੱਟ ਜਾਂਦਾ ਤੇ ਉਹਨਾਂ ਦੇ ਲੜਦਾ ਨਹੀਂ ਹੈਗਾ, ਉਹ ਨੀਚ ਹੈ, ਉਹ ਗੁਲਾਮ ਲੋਕ ਹੈ। ਬ੍ਰਾਹਮਣ ਆ ਹੰਕਾਰ ਚ ਜਿੰਦਾ, ਖੱਤਰੀ ਆ ਹੰਕਾਰ ਚ ਜਿੰਦਾ, ਵੈਸ਼ ਆ ਹੰਕਾਰ ਚ ਵਿੱਚ ਜਿੰਦਾ, ਤੇ ਸ਼ੂਦਰ ਗੁਲਾਮੀ, ਗੁਲਾਮੀ ਕਰਨਾ ਵੀ ਗਲਤ ਹੈ। ਇਹਦਾ ਮਤਲਬ ਇੱਕ ਕੁਦਰਤ ਦੇ ਸਿਧਾਂਤ ਨਾਲ ਟੁੱਟ ਚੁੱਕੇ ਲੋਕ ਹੈ। ਇਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਆ ਨੀਚ, ਇਹ ਸਭ ਨੀਚ ਨੇ। ਇਹਨਾਂ ਅੰਦਰ ਨੀਚ ਜਾਤ ਕਿਹੜੀ ਆ? ਸ਼ੂਦਰ, ਚੌਥਾ ਵਰਨ, ਕਿਉਂਕਿ ਉਹ ਲੋਕ ਗੁਲਾਮੀ ਕਬੂਲ ਕਰ ਗਏ। ਨੀਚ ਹੂੰ ਅਤ ਨੀਚ, ਨੀਚੀ ਹੂੰ ਅਤ ਨੀਚ, ਅਨਟੱਚੇਬਲ ਤੇ ਟੱਚੇਬਲ ਤੇ ਅਨਟੱਚੇਬਲ। ਇੱਕ ਕਹਿੰਦਾ ਵੀ ਮੈਂ ਮੰਨ ਲਿਆ ਮੈਂ ਗੁਲਾਮ ਹਾਂ, ਨੀਚ ਹੂੰ, ਮੈਂ ਮੰਨ ਲੈਣਾ, ਸੁਰੈਂਡਰ ਕਰਤਾ, ਮੈਂ ਗੁਲਾਮ ਹਾਂ। ਇੱਕ ਉੱਚੀਆਂ ਜਾਤਾਂ ਦੇ ਲੋਕ ਜਿਨ੍ਹਾਂ ਨੇ ਲੜਾਈਆਂ ਨਹੀਂ ਲੜੀਆਂ, ਹਾਰ ਲਈ ਤੇ ਜੰਗ ਮੰਨ ਲਿਆ ਵੀ ਮੈਂ ਹਾਰ ਗਿਆ ਤੇ ਬਹਿ ਗਿਆ ਪਿੰਡਾਂ ਦੇ ਵਿੱਚ ਤੇ ਦੂਜਿਆਂ ਨੂੰ ਨਫ਼ਰਤ ਕਰਨੀ ਸ਼ੁਰੂ ਕਰਤੀ, ਅਨਟੱਚੇਬਲ। ਜਿਹਨੇ ਹਾਰ ਨਹੀਂ ਮੰਨੀ, ਲਗਾਤਾਰ ਬਰਾਬਰਤਾ ਦੇ ਸਿਧਾਂਤ ਲਈ ਜੰਗਾਂ ਲੜਦਾ, ਉਹ ਭਾਵਾਂ ਉਹਨੂੰ ਗੁਲਾਮ ਕੀਤਾ ਹੈ ਪਰ ਜੰਗ ਲੜਦਾ ਨਾ ਬਰਾਬਰਤਾ ਦੇ ਸਿਧਾਂਤ ਦੇ ਲਈ। ਤੇ ਗੁਰੂ ਸਾਹਿਬ ਕਹਿੰਦੇ ਮੇਰੀ ਦੋਸਤੀ ਉਹਦੇ ਨਾਲ ਹੈ। ਕਿਉਂ? ਕਿਉਂਕਿ ਆਖਿਰ ਜੰਗ ਤਾਂ ਲੜਦਾ ਨਾ, ਭਾਵਾਂ ਗੁਲਾਮ ਕਰ ਲਿਆ ਪਰ ਜੰਗ ਨਹੀਂ ਛੱਡੀ ਬਰਾਬਰਤਾ ਦੇ ਸਿਧਾਂਤ ਦੇ ਲਈ। ਬਾਕੀ ਕਹਿੰਦਾ ਲਾਣਾ ਮੇਰੇ ਲਈ ਕੱਖ ਨਹੀਂ ਹੈਗਾ, ਆਇਆ ਇਸ ਲਈ ਅਰਥ ਹੈਗਾ। ਉੱਥੇ ਹੀ ਕੁਦਰਤ ਹੈ, ਉੱਥੇ ਹੀ ਕੁਦਰਤ ਹੈ। ਕੁਦਰਤ, ਬਰਾਬਰਤਾ, ਇਕੁਐਲਿਟੀ, ਭਾਰਤ ਦੇ ਵਿੱਚ ਦੋ ਸੋਚਾਂ, ਨਾ ਬਰਾਬਰਤਾ ਤੇ ਬਰਾਬਰਤਾ। ਹੁਣ ਤੁਸੀਂ ਰੱਖੋ, ਜੇ ਤੁਸੀਂ 85% ਲੋਕ ਬਰਾਬਰਤਾ ਦੀ ਸੋਚ ਦੇ ਧਾਰਨੀ ਹੁੰਦੇ ਤਾਂ ਤੁਸੀਂ ਗੁਲਾਮ ਹੋ ਜਾਂਦੇ। ਸਾਡੇ ਚੋਂ ਕਹਿਣਾ ਆਦਾ ਚੂੜਾ ਬੈਠਾ ਚਮਾਰ ਚੂੜਾ, ਸਾਡੇ ਚੋਂ ਗੁਲਾਮੀ ਕੱਢਣੀ ਪੈਣੀ ਆ। ਪਹਿਲਾਂ ਆਪਣੇ ਚੋਂ ਕੱਢੋ। ਮਿੱਤਰੋ, ਅਸੀਂ ਗੁਰਦੁਆਰਾਂ 'ਚ ਬੋਲਣ ਜਾਂਦੇ ਹਾਂ, ਉਹ ਕਹਿੰਦੇ ਨੇ ਸਿੱਖੀ ਦੀ ਕੀ ਗੱਲ ਕਰਨੀ, ਤਾਂ ਆਪਣੀ ਦਾੜੀ ਹੈਗੀ ਤੁਹਾਡੀ, ਤਾਂ ਸਿੱਖੀ ਤੁਹਾਡੇ ਪੱਗ ਕੇਸ ਦਾੜੀ 'ਚ ਫਸੀ, ਗਾਹਾਂ ਤੁਰਦੇ ਹੀ ਨਹੀਂ। ਗੁਰੂ ਸਾਹਿਬ ਨੇ ਤੁਹਾਨੂੰ ਫੰਡਾਮੈਂਟਲ ਰਾਈਟ ਲੈ ਕੇ ਦਿੱਤੇ ਆ, ਫੰਡਾਮੈਂਟਲ ਰਾਈਟ। ਜਦ ਤੁਹਾਡੇ ਆਉਂਦੀ ਆ ਤਾਂ ਤੁਹਾਡੀ ਚੁਆਇਸ ਆ, ਤੁਸੀਂ ਰੱਖਣੀ ਆ ਜਾਂ ਕਟਾਉਣੀ ਆ। ਇਹ ਨਹੀਂ ਕਿ ਬ੍ਰਾਹਮਣ ਕਹੂਗਾ ਕੱਟ ਕੇ ਰੱਖੋ, ਹੂ ਦਾ ਹੈਲ। ਜੇ ਅਸੀਂ ਕੱਟਦੇ ਹਾਂ ਅਸੀਂ ਗਲਤੀ ਕਰਦੇ ਹਾਂ, ਇਹ ਵੀ ਕਬੂਲ ਹੋਣੀ ਚਾਹੀਦੀ ਆ, ਕਿਉਂਕਿ ਇਹਦਾ ਕੋਈ ਮਕਸਦ ਹੈ, ਦਸਤਾਰ ਦਾ ਕੋਈ ਮਕਸਦ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਕਲੀਨ ਸ਼ੇਪ ਨੂੰ ਗਿਆਨ ਨਾ ਹੋਵੇ। ਗੱਲ ਸੁਣਨੀ ਬੰਦ ਕਰ ਦਿੱਤੀ, ਗੱਲ ਸਿਰਫ ਤੇ ਸਿਰਫ ਪੁਜਾਰੀ ਤੋਂ ਸੁਣੀ ਵੀ ਇਹਨੇ ਕਿਰਪਾਨ ਪਾਈ ਹੋਈ ਹੈ ਸਾਨੂੰ ਚੰਗੀ ਗੱਲ ਦੱਸੂਗਾ, ਤੇ ਉਹਨੇ ਟ੍ਰੇਨਡ ਕਰਕੇ ਉਹ ਛੱਡ ਦਿੱਤੇ ਤੁਹਾਡੇ 'ਚ, ਉਹਨਾਂ ਨੇ ਟ੍ਰੇਨਡ ਕਰਕੇ ਉਹ ਛੱਡਦੇ ਉਹਦੇ ਬਸ ਚਾਰ ਦੀਵਾਰੀਆਂ 'ਚ ਜਿਹੜੀ ਗੁਰੂ ਸਾਹਿਬ ਦੀ ਸੋਚ ਖਤਮ ਹੋ ਗਈ ਆ। ਤੇ ਭਾਰਤ ਦੇ ਜਿਹੜੇ ਮੂਲ ਵਾਸੀ, ਅਸੀਂ ਉਹਨਾਂ ਲਈ ਗਦਾਰ ਹਾਂ ਕਿ ਅਸੀਂ ਸੋਚ ਉਹਨਾਂ ਤੱਕ ਲੈ ਕੇ ਨਹੀਂ ਗਏ। ਅਸੀਂ ਜੱਟਾਂ ਤੱਕ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਲੈ ਕੇ ਨਹੀਂ ਗਏ, ਅਸੀਂ ਵੀ ਬਾਬਾ ਸਾਹਿਬ ਅੰਬੇਡਕਰ ਦੇ ਦੇਣਦਾਰ ਹਾਂ। ਅਸੀਂ ਕਹਿੰਦੇ ਹਾਂ, ਉਹ ਕਹਿੰਦੇ ਆ ਬਾਬਾ ਸਾਹਿਬ ਅੰਬੇਡਕਰ ਦਲਿਤਾਂ ਦਾ ਹੁੰਦਾ ਤੇ ਉਹਨਾਂ ਨੂੰ ਅਸੀਂ ਨਾਲ ਨਹੀਂ ਜੋੜਿਆ। ਡਾਕਟਰ ਭੀਮ ਰਾਓ ਅੰਬੇਡਕਰ ਸਿੱਖ ਫਾਊਂਡੇਸ਼ਨ ਸ਼ੁਰੂ ਜੱਟਾਂ ਵੱਲੋਂ ਕੀਤੀ ਅਸੀਂ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਲੱਗੇ ਤੁਸੀਂ ਹੈ ਕੌਣ ਆ। ਉਹ ਤਾਂ ਕਹੀ ਜਾਂਦੇ ਪਰ ਅਸੀਂ ਉੱਚੀਆਂ ਜਾਤਾਂ ਦੇ ਕਹਿ ਕੇ ਮਰੀ ਜਾਂਦੇ ਆ।